ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। WWF ਸਟਾਈਲ 'ਚ ਬਣਿਆ ਡੇਰਾ ਬੱਸੀ ਦੇ ਸਿਵਲ ਹਸਪਤਾਲ 'ਚ ਅਖਾੜਾ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੇਰਾ ਬੱਸੀ ਦੇ ਸਿਵਲ ਹਸਪਤਾਲ ਦੀਆਂ ਨੇ। ਇੱਥੇ ਦਰਅਸਲ ਅੱਧੀ ਰਾਤ ਨੂੰ ਕੁਛ ਅਜਿਹਾ ਹੰਗਾਮਾ ਹੋਇਆ, ਕੁਛ ਲੋਕ ਅਜਿਹੇ ਆ ਗਏ ਜਿਨ੍ਹਾਂ ਨੇ ਵਿਵਾਦ ਸ਼ੁਰੂ ਕਰ ਦਿੱਤਾ। ਰੈਸਲਿੰਗ ਸਟਾਈਲ 'ਚ ਕਮੀਜ਼ ਵੀ ਲਾਹਤੀ ਅਤੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਵਿਵਾਦ ਵੱਧਦਾ ਗਿਆ ਅਤੇ ਹਸਪਤਾਲ 'ਚ ਪਿਆ ਸਮਾਨ ਵੀ ਪਲਟਾ ਦਿੱਤਾ। ਕਿਸੇ ਨੂੰ ਕੁਛ ਸਮਝ ਨਾ ਆਈ। ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਖਬਰ ਦਿੱਤੀ, ਪਰ ਜਦੋਂ ਤੱਕ ਪੁਲਿਸ ਆਈ ਉਦੋਂ ਤੱਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਹਾਈ ਵੋਲਟੇਜ ਡਰਾਮਾ ਹੋ ਚੁੱਕਿਆ ਸੀ। ਫਿਲਹਾਲ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਅਤੇ ਸੰਬੰਧਿਤ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ WWF ਦਾ ਨਜ਼ਾਰਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਣਿਆ ਹੋਇਆ ਹੈ। ਤੁਸੀਂ ਆਪ ਹੀ ਵੇਖ ਲਓ ਆਖਿਰਕਾਰ ਮੌਕੇ 'ਤੇ ਹੋਇਆ ਕੀ ਸੀ। ਦੈਨਿਕ ਵੇਲ ਪੰਜਾਬੀ TV ਦੇ ਪੱਤਰਕਾਰ ਰਮੇਸ਼ ਕੁਮਾਰ ਦੀ ਰਿਪੋਰਟ ਵੇਖੋ। ਆਪਣਾ ਨਾਂ ਕੀ ਹੈ ਜੀ? ਸੂਰਜ। ਕੀ ਹੋਇਆ ਸਾਰਾ ਮਾਮਲਾ? ਅਸੀਂ ਨਾ ਬੈਠੇ ਬੁੱਠੇ ਤਾਂ ਕੱਲ੍ਹ ਦਾ ਮੁੰਡੇ ਦਾ ਵਿਆਹ ਤਾ, ਰੋਕੀ ਮੇਰਾ ਭਾਈ ਲੱਗਦਾ ਚਾਚੇ ਦਾ ਮੁੰਡਾ ਵਿਆਹ ਦਾ, ਸਾਨੂੰ ਪਾਰਟੀ ਪੂਰਟੀ ਦੇ ਰਿਹਾ ਤਾ ਇੱਦਾਂ ਹੀ। ਅਤੇ ਉਹ ਕਹਿ ਰਿਹਾ ਤਾ ਬਾਈ ਕੀ ਕਰ ਰਿਹਾ ਬਾਈ, ਸਾਨੂੰ ਪੁੱਛ ਨਹੀਂ ਰਿਹਾ। ਉਹ ਕਹਿ ਰਿਹਾ ਭਾਈ ਕੱਲ੍ਹ ਦੇ ਕੰਮ ਸਟਾਰਟ ਹੋਣਾ, ਕੱਲ੍ਹ ਤਾਂ ਪੁੱਛਾਂਗੇ ਤੈਨੂੰ। ਮੈਂ ਕਹਿ ਰਿਹਾ ਕੋਈ ਬਾਤ ਨਹੀਂ, ਫਿਰ ਦਾੜ ਗੱਪਾਂ ਆਉਂਦੀ ਰਹਿੰਦੀ, ਦਾੜ ਦੂਰ ਪੀ ਗਏ। ਤਾਂ ਫਿਰ ਉਹਨੂੰ ਹਟਾਇਆ ਸੀ, ਉਹਨੂੰ ਹਟਾਇਆ ਸੀ, ਉਹਨੇ ਰਾੜ ਮਾਰੀ ਸੀ ਪਿੱਛੇ। ਤਾਂ ਮੈਂ ਕਿਹਾ ਕਿਆ ਬਾਤ ਹੋ ਗਈ? ਫਿਰ ਮੇਰੇ ਮਾਰਨੇ ਲੱਗੇ ਤੇ ਮੁੰਡਾ ਕਹਿੰਦਾ ਦਾਰੂ ਇੱਦਾਂ ਇੱਦਾਂ ਆਪਣੇ ਨੂੰ ਬੁਲਾ ਰਿਹਾ, ਸਾਨੂੰ ਵੀ ਇਹ ਕਰ ਉਹ ਕਰ। ਫਿਰ ਤੂੰ ਸਾਹਮਣੇ ਹੋਸਪਿਟਲ 'ਤੇ ਕਿਆ ਹੋਗਾ, ਘਰਾਂ ਜਾ ਕੇ ਸਾਡੇ ਤੋੜ ਤੋੜ ਚੜਦੇ ਪਏ। ਜੀ ਉਹ ਰਾਤ ਨੂੰ ਜਿਹੜੀ ਲੜਾਈ ਹੋਈ ਹੈ ਕੀ ਕਾਰਨ ਸੀ, ਕੀ ਹੋਇਆ? ਰਾਤੀ 10:30 ਸਾਡੇ ਹੋਸਪਿਟਲ ਵਿੱਚ ਪਹਿਲਾਂ 2 ਲੜਕੇ ਆਏ, ਜਿਹੜੇ ਕਿ ਉਹਨਾਂ ਨੇ ਕਿਹਾ ਕਿ ਸਾਡਾ ਲੜਾਈ ਝਗੜਾ ਹੋਇਆ, ਅਤੇ ਉਹਨਾਂ ਦਾ ਨਾਮ ਸੀ ਸੂਰਜ ਅਤੇ ਰੌਕੀ। ਇਹ ਹੈਗੇ ਜ਼ੀਰਕਪੁਰ ਆਦਰਸ਼ ਨਗਰ ਦੇ ਰਹਿਣ ਵਾਲੇ ਸੀਗੇ, ਔਰ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ। ਅਤੇ ਥੋੜ੍ਹੀ ਦੇਰ ਬਾਅਦ ਹੀ ਐਮਰਜੈਂਸੀ ਵਿੱਚ ਕਈ ਹੋਰ ਬੰਦੇ ਆਏ, ਔਰ ਉਹਨਾਂ 'ਚੋਂ 3 ਬੰਦੇ ਰਾਹੁਲ, ਵਿਸ਼ਾਲ ਅਤੇ ਸ਼ੇਖਰ, ਜੋ ਆਦਰਸ਼ ਨਗਰ ਦੇ ਹੀ ਰਹਿਣ ਵਾਲੇ ਆ ਜ਼ੀਰਕਪੁਰ ਦੇ, ਜਿਵੇਂ ਕਿ ਸੂਰਜ ਅਤੇ ਉਹਨਾਂ ਨੇ ਦੱਸਿਆ ਰੌਕੀ ਨੇ, ਉਹ ਆ ਕੇ ਇੱਥੇ ਹੋਸਪਿਟਲ 'ਚ ਆ ਕੇ ਐਮਰਜੈਂਸੀ 'ਚ ਲੜਾਈ ਝਗੜਾ ਕਰਨ ਲੱਗ ਗਏ ਅਤੇ ਉਹਨਾਂ ਨਾਲ ਲੜਨ ਲੱਗ ਗਏ। ਉਹਨਾਂ ਨੇ ਆਪਣੇ ਇੱਕ ਨੇ ਤਾਂ ਕੱਪੜੇ ਵੀ ਉਤਾਰੇ ਹੋਏ ਆ, ਉਹ ਸਾਡੇ CCTV ਕੈਮਰਾ 'ਚ ਵੀ ਦਿਖ ਰਹੇ ਆ। ਉਹਨਾਂ ਨੇ ਹੋਸਪਿਟਲ ਦੇ ਲੋਕਾਂ ਨੇ ਵੀ, ਮਤਲਬ ਜਿਹੜੇ ਐਡਮਿਟਿਡ ਪੇਸ਼ੈਂਟ ਸੀਗੇ, ਸਟਾਫ ਨੇ ਵੀ ਛੁਡਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਐਗਰੈਸਿਵ ਸੀ ਅਤੇ ਤੋੜਫੋੜ ਵੀ ਕੀਤੀ ਉਹਨਾਂ ਨੇ, ਸਾਡੇ ਗਮਲੇ ਤੋੜਤੇ, ਇੱਕ ਦੋ ਸਟ੍ਰੈਚਰਸ ਨੂੰ ਵੀ ਨੁਕਸਾਨ ਪਹੁੰਚਾਇਆ, ਔਰ ਉਹ ਬੜੇ ਵਾਇਲੈਂਟ ਸੀਗੇ। ਅਤੇ ਉਦੋਂ ਹੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਡਿਊਟੀ ਸਟਾਫ ਵੱਲੋਂ, ਪੁਲਿਸ ਵੀ ਆ ਗਈ ਸੀ, ਉਹਨਾਂ ਨੂੰ ਲੈ ਗਈ ਸੀਗੀ ਜਿਹੜੇ, ਅਤੇ 2 ਪੇਸ਼ੈਂਟ ਜਿਹੜੇ ਪਹਿਲਾਂ ਸੱਟ ਲੱਗੇ ਸੀ ਉਹ ਸਾਡੇ ਕੋਲ ਐਡਮਿਟਿਡ ਹੈ। ਮੈਡਮ ਜਿਸ ਤਰ੍ਹਾਂ ਇੱਥੇ ਲੜਾਈ ਹੋਈ ਹੈ ਕਿ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਕਿ ਇੱਥੇ ਤੁਹਾਨੂੰ ਸਕਿਉਰਟੀ ਦਿੱਤੀ ਜਾਵੇ, ਹੋਸਪਿਟਲ ਕਾਫੀ ਵੱਡਾ ਹੈਗਾ, ਪੇਸ਼ੈਂਟ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਜੀ ਜਿਸ ਤਰ੍ਹਾਂ ਲੜਾਈ ਹੋਈ ਹੈ ਰਾਤੀ? ਅਸੀਂ ਇਹ ਗੱਲ ਨਾ ਪਹਿਲਾਂ ਵੀ ਲਿਖੀ ਹੋਈ ਹੈ, ਮੈਂ ਹੁਣ ਦੁਬਾਰਾ ਵੀ ਟੇਕਅਪ ਕਰਦੀ ਹਾਂ ਆਪਣੇ ਹਾਇਰ ਅਥੋਰਿਟੀਜ਼ ਨਾਲ, SDM ਸਾਹਿਬ ਨਾਲ ਵੀ, DSP ਨਾਲ ਵੀ, ਬਿਕੋਜ਼ ਇਹ ਤਾਂ ਹੁਣ ਬੜਾ ਰੈਗੂਲਰ ਜਿਹਾ ਫੀਚਰ ਬਣ ਗਿਆ। 1-2 ਵਾਰ ਪਹਿਲਾਂ ਵੀ ਆਪਾਂ ਇਹ ਫੇਸ ਕੀਤਾ,
ਜਦੋਂ ਇੱਕ ਫੌਜੀ ਬੰਦਾ ਵੀ ਆ ਕੇ ਹੈ ਨਾ ਉਹਨੇ ਵੈਪਨ ਔਰ ਉਦੋਂ ਪੁਲਿਸ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਔਰ ਹੁਣ ਮੈਂ ਸਾਡਾ ਸਟਾਫ ਵੀ ਇਸ ਗੱਲ ਤੋਂ ਕਾਫੀ ਡਰਿਆ ਹੋਇਆ ਹੈਗਾ ਔਰ ਹੁਣ ਅਸੀਂ ਰਿਟਨ ਕੰਪਲੇਂਟ ਵੀ SHO ਸਾਹਿਬ ਨੂੰ ਪਾ ਦਿੱਤੀ ਹੈ ਵੀ ਉਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨ ਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793995956।